ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਹੈ ਜੀ, ਬਾਬਾ ਫਿਰ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ। ਤਾਲ ਕੈਰਵਾ ਹੈ, ਏ ਸ਼ਾਰਪ ਤੋਂ ਭੈਣਾਂ ਅਤੇ ਬੱਚਿਆਂ ਵਾਸਤੇ ਆਪਾਂ ਇਹ ਗਾ ਰਹੇ ਹਾਂ, ਔਰ ਨੋਟੇਸ਼ਨ ਦੇ ਨਾਲ ਇਹਨੂੰ ਕਰਾਂਗੇ। ਆਓ ਸਿੱਖਦੇ ਹਾਂ ਜੀ। ਬਾਬਾ ਫਿਰ ਮੱਕੇ ਗਿਆ, ਬਾਬਾ ਫਿਰ ਮੱਕੇ ਗਿਆ, ਨੀਲ ਵਸਤਰ ਧਾਰੇ ਬਨਵਾਰੀ, ਨੀਲ ਵਸਤਰ ਧਾਰੇ ਬਨਵਾਰੀ, ਬਾਬਾ ਫਿਰ ਨੋਟੇਸ਼ਨ ਦੇ ਨਾਲ ਸਲੋ ਵਿੱਚ ਸਿੱਖਦੇ ਹਾਂ ਜੀ। ਬਾਬਾ ਫਿਰ ਮੱਕੇ ਗਿਆ, ਇਹਦੀ ਨੋਟੇਸ਼ਨ ਹੈ। ਰੇ ਪਾਣੀ ਦਾ ਪਾਵਾਂ ਗਾ ਰੇ ਗਾ 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 ਰੇ ਗਾ 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 ਗਾ, ਬਾਬਾ ਫਿਰ ਮੱਕੇ ਗਿਆ, ਨੋਟੇਸ਼ਨ ਹੈ। ਰੇ ਪਾਣੀ ਦਾ ਪਾਵਾਂ ਗਾ ਰੇ ਸਰੇ ਗਮ ਗਮ ਰੇ, ਜੋੜ ਦੀ ਨੋਟੇਸ਼ਨ ਹੈ ਜੀ। ਮਾ 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 ਪਾ ਪਾ ਰੇ ਰੇ ਸਨੀ ਸਨੀ ਧਾ ਪਾ 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 ਨੀ ਧਾ ਪਾ ਮਾ, ਮਤਲਬ ਨੀਲ ਵਸਤਰ ਧਾਰੇ ਬਨਵਾਰੀ। ਦੂਸਰੀ ਵਾਰ ਮਾ 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 ਪਾ ਪਾ ਰੇ ਰੇ ਸਨੀ ਸਨੀ ਧਾ ਪਾ 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 ਪਾ, ਮਤਲਬ ਨੀਲ ਵਸਤਰ ਧਾਰੇ ਬਨਵਾਰੀ। ਇਸ ਨੋਟੇਸ਼ਨ ਨੂੰ ਜਦ ਤੁਸੀਂ ਗਾਓਗੇ, ਇਹਦੇ ਵਿੱਚ ਸਮ ਅਤੇ ਪੌਜ਼ ਆਉਂਦਾ ਹੈ, ਜਿਵੇਂ ਨੀਲ, ਦੇਖੋ ਨੀਲ ਮਾ ਮਾ ਮਾ, ਇੱਦਾਂ ਇੱਥੇ ਪੌਜ਼ ਆਊਗਾ, ਨੀਲ ਵਸਤਰ ਧਾਰੇ ਬਨਵਾਰੀ। ਫਿਰ ਤੁਸੀਂ ਬੋਲੋਗੇ ਬਾਬਾ ਫਿਰ ਮੱਕੇ ਗਿਆ, ਸਥਾਈ ਬੋਲਣ ਤੋਂ ਬਾਅਦ ਅੰਤਰਾ ਕਰਦੇ ਹਾਂ ਜੀ, ਉਹਦੀ ਨੋਟੇਸ਼ਨ ਕਰਦੇ ਹਾਂ ਜੀ। ਅਸਾਹਤ ਕਿਤਾਬ ਕਛ ਪੂਜਾ ਬਾਂਗ ਮੁਸੱਲਾ ਤਾਰੀ। ਪਹਿਲਾਂ ਸਲੋ ਵਿੱਚ ਨੋਟੇਸ਼ਨ ਦੇਖੋ ਜੀ, ਇੱਥੇ ਵੀ ਸਮ ਅਤੇ ਪੌਜ਼ ਆਊਗਾ, ਜਿਵੇਂ ਰੇ ਰੇ ਗਾ ਸਾ ਰੇ 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 ਧਨੀ ਸਾ ਨੀ ਧਾ 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 ਧਾ, ਉੱਪਰ ਸ਼ਬਦ ਆਊਗਾ ਅਸਾਹਤ ਕਿਤਾਬ ਕਛ ਕਿਤਾਬ ਕਛ ਧਨੀ ਸਾ ਨੀ ਧਾ 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 ਧਾ। ਅਗਲੀ ਲਾਈਨ ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹਜ ਗੁਜਾਰੀ, ਰੇ ਰੇ ਗਾ ਸਾ ਰੇ 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 ਧਨੀ ਸਾ ਨੀ ਧਾ 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 ਧਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਹਦੀਆਂ ਅੰਤਰੇ ਦੀਆਂ ਚਾਰ ਲਾਈਨਾਂ ਜੋ ਆਪਾਂ ਬੋਲਣੀਆਂ ਹਨ, ਦੋ ਹਨ ਲਿਖਣ ਵਿੱਚ, ਨੋਟੇਸ਼ਨ 'ਚ ਚਾਰ ਬਣਨਗੀਆਂ। ਉਹ ਇੱਕੋ ਹੀ ਲਾਈਨ ਦੀ ਨੋਟੇਸ਼ਨ ਹੈ, ਬਸ ਤੁਸੀਂ ਉਸ 'ਤੇ ਬੋਲ ਵੰਡ ਚੇਂਜ ਕਰਕੇ ਗਾਉਣੀ ਹੈ। ਸਾਰੇ ਅੰਤਰੇ ਦੀ ਬੋਲ ਵੰਡ ਇੱਕੋ ਹੀ ਲਾਈਨ 'ਤੇ ਹੈ। ਆਓ ਸਿੱਖਦੇ ਹਾਂ ਜੀ ਫਿਰ ਸਲੋ ਵਿੱਚ।
बैठा जाए मसीत विच जिथे हाजी हज गुजारी। स्लो विच बैठा जाए मसीत विच मसीत विच जिथे हाजी हज गुजारी। इदो बाद तुसी जोड़ बोलोगे नील वस्त्र अरे बनवारी। बोल के दो बार जोड़ दी। दो सेकंड लाइन भी इदा ही है, थोड़ा फर्क है पा ते आप रुकते हैं तो फिर स्थाई बोलांगे और नेक्स्ट अंतरे दियां बोल बांट भी मैं कर दिना हाँ। जा बाबा सुता रात बल मेहराबे पाए पसारी। नेक्स्ट लाइन जीवन मारी लत दी केड़ा सुता कुफर कुफारी। फिर तुसी जोड़ बोलोगे फिर स्थाई बोलोगे और लास्ट अंतर अग्यो लता बल खुदाए दे क्यों कर पया होए बजगारी। नेक्स्ट लाइन टंगो पकड़ घसीटिया फिरया मक्का कला दिखारी। जो इसकी लास्ट लाइन है उसनों तुसी जोड़ वाली लाइन ते ही बोलना है जिमें कि होए हैरान करे न जुहारी होए हैरान करे न जुहारी। बाबा फिर मक्के गया बाबा फिर मक्के गया। वाहिगुरु जी का खालसा वाहिगुरु जी की फतेह।